ਲਾਈਵ ਟੀਵੀ ਦੀ ਪੇਸ਼ਕਸ਼। ਉਸ ਸਖੀਅਨ ਕੀ ਰੈਨ ਸੁਹਾਗਨ, ਜਿਸ ਸਾਵਨ ਮੇ ਮੋਰਾ ਪਿਆ ਘਰ ਨਾਹੀ, ਜਿਸ ਸਾਵਨ ਮੇ ਮੋਰਾ ਪਿਆ ਘਰ ਨਾਹੀ, ਆਗ ਲਗੇ ਉਸ ਸਾਵਨ ਕੋ, ਜਿਸ ਸਾਵਨ ਮੇ ਮੋਰਾ ਪਿਆ ਘਰ ਨਾਹੀ, ਆਗ ਲਗੇ ਉਸ ਸਾਵਨ ਕੋ। ਹਾਂ, ਅੱਜ ਚੜੀ ਹੈ ਕੈਸੀ ਰੰਗਨਾ, ਆਜ ਚੜੀ ਹੈ ਕੈਸੀ ਰੰਗਨਾ, ਖਾਜਾ ਆਏ ਮੋਰੇ ਅੰਗਨਾ, ਮੈਂ ਤੋ ਛਮ ਛਮ ਨਾਚੂ, ਮੈਂ ਤੋ ਛਮ ਛਮ ਨਾਚੂ, ਸ਼ਗਨ ਮਨਾਉਂਗੀ ਖਾਜਾ ਤੇ, ਏ ਖਾਜਾ ਤੇ, ਮੈਂ ਤੋ ਛਮ ਛਮ ਨਾਚੂ ਮੋਰੇ ਖਾਜਾ ਘਰੀ ਆਏ, ਮੈਂ ਤੋ ਸ਼ਗਨ ਮਨਾਉਂਗੀ ਬਾਜਾ ਕੇ ਬਾਜਾ ਕੇ। ਅੱਜ ਦਾ ਰਾਜ ਮੁਬਾਰਕ ਚੜਿਆ, ਅੱਜ ਦਾ ਰਾਜ ਮੁਬਾਰਕ ਚੜਿਆ, ਅੱਜ ਦਾ ਰਾਜ ਮੁਬਾਰਕ ਚੜਿਆ, ਅੱਜ ਸ਼ਗਨ ਮਨਾਉਂਗੀ ਖਾਜਾ ਕੇ ਖਾਜਾ ਕੇ। ਮੈਂ ਤੋ ਛਮ ਛਮ ਨਾਚੂ, ਮੈਂ ਤੋ ਛਮ ਛਮ ਨਾਚੂ, ਮੈਂ ਤੋ ਛਮ ਛਮ ਨਾਚੂ, ਛਮ ਛਮ ਨਾਚੂ, ਮੈਂ ਤੋ ਛਮ ਛਮ ਨਾਚੂ, ਮੈਂ ਤੋ ਛਮ ਛਮ ਨਾਚੂ, ਮੈਂ ਤੋ ਛਮ ਛਮ ਨਾਚੂ, ਮੇਰਾ ਭੀਖ ਘਰ ਆਏ, ਮੈਂ ਤੋ ਛਮ ਛਮ ਨਾਚੂ, ਮੇਰਾ ਭੀਖ ਘਰ ਆਏ, ਸ਼ਗਨ ਮਨਾਉਂਗੀ।
छम नाचूं, मैं तो छम छम नाचूं, सैयद पीर घर आए, मैं तो छम छम नाचूं, सैयद पीर घर आए, सैयद पीर घर आए, मैं तो शगन मनाऊंगी सैयदों के, सैयदों के, मैं तो छम छम नाचूं, सैयद पीर घर आए, मैं तो शगन मनाऊंगी सैयदों के, सैयदों के, मैं तो छम छम नाचूं, सैयद पीर घर आए, मैं तो शगन मनाऊंगी सैयदों के, सैयदों के, मैं तो छम छम नाचूं, मैं तो छम मैं तो छम छम रहम दीन घर आए, मैं तो शगन मनाऊंगी दाता के, दाता के, मैं तो छम छम नाचूं, रहम दीन घर आए, मैं तो शगन मनाऊंगी दाता के, दाता के, हुए मेहरबान मुझ पे चिश्ती सवरिया, पिया तशरीफ लाए, मोरी कुटिया में ख्वाजा पिया तशरीफ लाए, मोरी कुटिया में ख्वाजा पिया तशरीफ लाए, मैं तो शगन मनाऊंगी ख्वाजा के, ख्वाजा के, मोरी कुटिया में ख्वाजा पिया तशरीफ लाए, मैं तो शगन मनाऊंगी ख्वाजा के, ख्वाजा के, मोरी कुटिया में ख्वाजा पिया तशरीफ लाए, मैं तो शगन शगन मनाऊंगी ख्वाजा के, ओ ख्वाजा के, सखी नाचूंगी सारी पे घरोली उठा के, मैं तो शगन मनाऊंगी ख्वाजा के, ख्वाजा के, सखी नाचूंगी सारी पे घरोली उठा के, मैं तो शगन मनाऊंगी ख्वाजा के, ख्वाजा के, सखी नाचूंगी सारी पे घरोली उठा के, मैं तो शगन मना। Oh!
राजा के दामन से लिपटी रहूंगी। कर दी मुझको खुशी दो जहाँ की, कर दी मुझको खुशी दो जहाँ की, रही मन में चिंता यहाँ ना वहाँ की, कर दी मुझको खुशी दो जहाँ की, रही मन में चिंता यहाँ ना वहाँ की, कर दी मुझको खुशी दो जहाँ की, रही बड़ी अच्छी रूह लगी, क्योंकि मेरे प्रावी ने, हम साहिबी ने, वनीत खान उधर, कमल खान जी, उन्होंने इनवाइट किया, बुलाया, शुक्रिया धनवाद अदा करदा इन्हों का, क्योंकि इन्हों पता वा भी मैं सरहंद जाना। वनीत भाजी जनाब, वनीत खान जी, तुहानू पता मैं सरहंद जाना वा, ठीक है सर, जिदा हुक्म। इस करके मैं बहुत शुक्रगुजार हाँ सारी महफिल का, साईं जी बैठे ने, बिल्ले शाह जी होनी, थैंक यू, मेहरबानी, शुक्रिया। मोहे अपना बनाया, मोहे रंग चढ़ाए, अपना बनाया, मोहे रंग चढ़ाए, अपना बनाया, मोहे मनाऊंगी जाके, जाके, मोहे अपना बनाया, मोहे रंग चढ़ाए, मैं तो शगन बनाऊंगी जाके, जाके, मैं तो छम छम नाचू मोरे वाजा। Yeah.
ਹੈਲੋ ਹੈਲੋ ਹਜ਼ੂਰ ਸਰਕਾਰਾਂ ਵੱਲੋਂ ਹੁਕਮ ਹੋਇਆ ਕਿ ਹਜ਼ਰਤ ਅਲੀ ਕਰਮੁੱਲਾ ਵਜਹੋ ਦੀ ਸ਼ਾਨ ਸੁਣਨੀ ਹੈ। ਪੇਸ਼ ਕਰ ਰਿਹਾ ਜ਼ਰਾ ਤਵੱਜੋ ਦਿਓ। ਜਿਹੜੇ ਕਹਿੰਦੇ ਨੇ ਨਾ ਕੌਣ ਅਲੀ ਕਿਆ ਅਲੀ, ਉਹਨਾਂ ਨੂੰ ਦੱਸਣ ਲੱਗਿਆ ਵੀ ਅਲੀ ਕੌਣ ਔਰ ਕਿਆ ਹੋਏ ਨੇ। ਕੌਣ ਅਲੀ, ਕੌਣ ਅਲੀ ਜਿਸਕੇ ਜ਼ਹੂਰ ਕੀ ਜਗ੍ਹਾ ਬੈਤੁੱਲਾ, ਕੌਣ ਅਲੀ ਜਿਸਕੇ ਜ਼ਹੂਰ ਕੀ ਜਗ੍ਹਾ ਬੈਤੁੱਲਾ, ਉਸਤਾਦ ਰਸੂਲ ਅੱਲਾ, ਨਤੀਜਾ ਵਲੀਉੱਲਾ, ਮੁਮਤਹਿਨ ਖੁਦ ਅੱਲਾ, ਔਰ ਜੋ ਮਾਨੇ ਰਹਿਮਤੁੱਲਾ, ਜੋ ਨਾ ਮਾਨੇ ਲਾਨਤੁੱਲਾ। ਜੋ ਮਾਨੇ ਰਹਿਮਤੁੱਲਾ, ਜੋ ਨਾ ਮਾਨੇ ਲਾਨਤੁੱਲਾ। ਹਜ਼ੂਰ ਇੱਕ ਬਾਤ ਔਰ ਵੀ ਹੈ, ਕੌਣ ਸੀ ਉਧਰ ਦੇਖੋ ਮੂਰੇ, ਹੈਦਰ ਕੇ ਸਿਵਾ, ਹੈਦਰ ਕੇ ਸਿਵਾ, ਹੈਦਰ ਕੇ ਸਿਵਾ ਕੋਈ ਵੀ ਕਰਾਰ ਨਹੀਂ ਹੈ, ਹੈਦਰ ਕੇ ਸਿਵਾ ਕੋਈ ਵੀ ਕਰਾਰ ਨਹੀਂ ਹੈ, ਇਸ ਬਾਤ ਸੇ ਦੁਸ਼ਮਨ ਕੋ ਵੀ ਇਨਕਾਰ ਨਹੀਂ ਹੈ, ਉਸ ਸ਼ਖਸ ਕਾ ਈਮਾਨ ਮੁਕੰਮਲ ਨਹੀਂ ਹੋ ਸਕਤਾ, ਜੋ ਸ਼ਖਸ ਅਲੀ ਪਾਕ ਕਾ ਹੁਬਦਾਰ ਨਹੀਂ ਹੈ। ਮੁਕੰਮਲ ਨਹੀਂ
ਨਹੀਂ ਹੋ ਸਕਦਾ ਜੋ ਸ਼ਖਸ ਅਲੀ ਪਾਕ ਕਾ ਹੁਬਦਾਰ ਨਹੀਂ ਹੈ। ਹਜ਼ੂਰ ਸਿਲਸਿਲੇ ਚਾਰ ਖਾਨਦਾਨ 14 ਚਾਰ ਸਿਲਸਿਲੇ ਕਾਦਰੀਆ ਚਿਸ਼ਤੀਆ ਨਕਸ਼ਬੰਦੀਆ ਸੋਹਰਵਰਦੀਆ ਕਾਦਰੀਆ ਚਿਸ਼ਤੀਆ ਨਕਸ਼ਬੰਦੀਆ ਸੋਹਰਵਰਦੀਆ ਚਾਰ ਸਿਲਸਿਲੇ ਬੰਦਾ ਚਾਰੇ ਸਿਲਸਿਲਿਆਂ ਦੇ ਵਿੱਚ ਕਿਸੇ 'ਚ ਵੀ ਮੁਰੀਦ ਹੋਵੇ ਕਿਸੇ 'ਚ ਵੀ ਬੈਤ ਹੋਵੇ ਚਾਰਾਂ ਦੇ ਵਿੱਚੋਂ ਕਿਸੇ ਵੀ ਸਿਲਸਿਲੇ 'ਚ ਮੁਰੀਦ ਹੋਵੇ ਭਾਵੇਂ ਉਹ ਕਾਦਰੀਆਂ ਦੇ ਹੋ ਜਾਵੇ ਚਾਹੇ ਚਿਸ਼ਤੀਆਵਾਂ ਦੇ ਹੋ ਜਾਵੇ ਚਾਹੇ ਨਕਸ਼ਬੰਦੀਆਂ ਦੇ ਹੋ ਜਾਵੇ ਚਾਹੇ ਸੋਹਰਵਰਦੀਆਂ ਦੇ ਹੋ ਜਾਵੇ ਚਾਰੇ ਸਿਲਸਿਲਿਆਂ ਦੇ ਵਿੱਚ ਕਿਸੇ 'ਚ ਵੀ ਮੁਰੀਦ ਹੋ ਜਾਵੇ ਲੇਕਿਨ ਜਿਹੜਾ ਉਹ ਬੰਦਾ ਮੁਰੀਦ ਹੋਊਗਾ ਨਾ ਉਹਨੂੰ ਇਹ ਗੱਲ ਕਹਿਣੀ ਪੈਣੀ ਹੈ ਕਿਹੜੀ ਉਹ ਬੰਦਾ ਬੜੇ ਨਾਜ਼ ਨਾਲ ਕਹੂਗਾ ਕੀ ਮੈਂ ਮੁਰੀਦ ਹਾਂ ਅਲੀ ਦਾ ਮੈਂ ਮੁਰੀਦ ਹਾਂ ਅਲੀ ਦਾ ਮੈਂ ਮੁਰੀਦ ਹਾਂ ਅਲੀ ਦਾ ਮੁਜੀਦ ਹਾਲੀ ਦਾ ਉਹ ਮੇਰਾ ਪੇਸ਼ਵਾ ਅਲੀ ਮੁਜੀਦ ਹਾਲੀ ਦਾ ਉਹ ਮੇਰਾ ਪੇਸ਼ਵਾ ਅਲੀ ਉਹ ਮੇਰੇ ਪੀਰ ਦਾ ਸਵਾਲੀ ਮੇਰੇ ਪੀਰ ਦਾ ਸਵਾਲੀ ਦੁਨੀਆ ਦਾ ਹਰ ਬਲੀ ਮੁਜੀਦ ਹਾਲੀ ਦਾ ਮੇਰਾ ਮੇਰਾ ਪੇਸ਼ਵਾ ਅਲੀ ਤੇਰਾ ਪੀਰ ਦਾ ਸਵਾਲੀ ਦੁਨੀਆ ਦਾ ਹਰ ਬਲੀ ਹਜ਼ੂਰ ਸਾਈਂ ਜੀ ਮੈਂ ਮੁਰੀਦਾਂ ਅਲੀ ਦਾ ਮੇਰਾ ਪੇਸ਼ਵਾ ਅਲੀ ਹੈ ਮੈਂ ਇਕੱਲਾ ਹੀ ਨਹੀਂ ਮੰਨਦਾ ਅਗਰ ਕੋਈ ਇਹ ਸੋਚੇ ਨਾ ਵੀ ਇਹ ਇਕੱਲਾ ਮੰਨਦਾ ਹੈ ਮੈਂ ਇਕੱਲਾ ਹੀ ਨਹੀਂ ਮੰਨਦਾ ਸਾਰੀ ਦੁਨੀਆ ਮੰਨਦੀ ਹੈ ਕੀ ਮੰਨਦੀ ਹੈ ਦੁਨੀਆ ਸ਼ਜਾਇਤ ਅਲੀ ਦੀ ਮੰਨਦੀ ਹੈ ਦੁਨੀਆ ਸ਼ਜਾਇਤ ਅਲੀ ਦੀ ਹਾਂ ਮੰਨਦੀ ਹੈ ਦੁਨੀਆ ਸ਼ਜਾਇਤ ਅਲੀ ਦੀ ਏ ਖੈਬਰ ਚੋਂ ਪੁੱਛ ਜਾ ਕੇ ਜੁਰਤ ਅਲੀ ਦੀ ਖੈਬਰ ਚੋਂ ਪੁੱਛ ਜਾ ਕੇ ਜੁਰਤ ਅਲੀ ਦੀ ਖੈਬਰ ਚੋਂ ਪੁੱਛ ਜਾ ਕੇ ਜੁਰਤ ਅਲੀ ਦੀ ਏ ਮੈਂ ਨਾ ਕਬਰ ਹਾਥ ਨੂੰ ਤੋਂ ਸਖਤੇ ਡਰ ਤੋਂ ਮੁਰੀਦ ਹਾਲੀ ਦਾ ਮੇਰਾ ਪੇਸ਼ਵਾ ਅਲੀ ਹੈ ਇੱਕ ਮੁੱਲਾ ਨਰਮ ਬਈ ਇੱਕ ਮੌਲਵੀ ਅਤੇ ਇੱਕ ਆਸ਼ਕੇ ਅਲੀ ਗਲੀ ਦੇ ਵਿੱਚ ਗੁਜ਼ਰਾਨ ਹੋ ਰਿਹਾ ਦੋਨਾਂ ਦਾ ਉਹ ਜਿਹੜਾ ਮੌਲਵੀ ਸੀ ਉਹ ਆਸ਼ਕੇ ਅਲੀ ਨੂੰ ਕਹਿਣ ਲੱਗਾ ਓਏ ਹਰ ਵੇਲੇ ਅਲੀ ਅਲੀ ਕਰਦਾ ਰਹਿੰਦਾ ਨਮਾਜ਼ ਪੜ੍ਹਿਆ ਕਰ ਰੋਜ਼ੇ ਰੱਖਿਆ ਕਰ ਰੱਬ ਰੱਬ ਕਰਿਆ ਕਰ ਤੈਨੂੰ ਜੰਨਤ ਮਿਲ ਜੂ ਤਾਂ ਜਿਹੜਾ ਆਸ਼ਕੇ ਅਲੀ ਸੀ ਕਿਉਂਕਿ ਜਿਹੜੇ ਆਸ਼ਿਕ ਹੁੰਦੇ ਨੇ ਨਾ ਉਹ ਥੋੜ੍ਹੇ ਜਿਹੇ ਸ਼ੈਦਾਈ ਹੁੰਦੇ ਨੇ ਕਿਉਂਕਿ ਆਪਣੇ ਆਪ ਦੀ ਸੁੱਧ ਨਹੀਂ ਹੁੰਦੀ ਉਹਨਾਂ ਨੂੰ ਸਿਰਫ ਯਾਰ ਦੀ ਸੁੱਧ ਹੁੰਦੀ ਹੈ ਉਹ ਕਹਿਣ ਲੱਗਾ ਕਹਿੰਦਾ ਅੱਛਾ ਨਮਾਜ਼ ਪੜ੍ਹਾ ਰੋਜ਼ੇ ਰੱਖਾ ਤਾਂ ਜੰਨਤ ਮਿਲੂ ਕਹਿੰਦੇ ਹਾਂ ਤਾਂ ਉਹ ਆਸ਼ਿਕ
ਹਜ਼ਰਤ ਅਲੀ ਦਾ ਆਸ਼ਿਕ ਮੌਲਵੀ ਨੂੰ ਕਹਿਣ ਲੱਗਾ ਕਿ ਮੁੱਲਾ ਤੈਨੂੰ ਤੇ ਮਾਣ ਇਬਾਦਤਾਂ ਦਾ, ਮੁੱਲਾ ਤੈਨੂੰ ਤੇ ਮਾਣ ਇਬਾਦਤਾਂ ਦਾ, ਮੁੱਲਾ ਤੈਨੂੰ ਤੇ ਮਾਣ ਇਬਾਦਤਾਂ ਦਾ। ਹੈ ਮੁੱਲਾ ਤੈਨੂੰ ਆਪਣੀਆਂ ਇਬਾਦਤਾਂ ਤੇ ਮਾਣ ਹੋਊਗਾ, ਪਰ ਮੈਂ ਤੈਨੂੰ ਇੱਕ ਗੱਲ ਦੱਸਣ ਲੱਗਾ ਸੁਣ। ਮੁੱਲਾ ਤੈਨੂੰ ਤੇ ਮਾਣ ਇਬਾਦਤਾਂ ਦਾ, ਮੁੱਲਾ ਤੈਨੂੰ ਤੇ ਮਾਣ ਇਬਾਦਤਾਂ ਦਾ। ਯਾਰਾ ਐ ਮੈਨੀ ਜੰਨਤ ਖਰੀਦ ਹੁੰਦੀ, ਯਾਰਾ ਐ ਮੈਨੀ ਜੰਨਤ ਖਰੀਦ ਹੁੰਦੀ, ਯਾਰਾ ਆਸ਼ਿਕ ਕਹਿਣ ਲੱਗਾ ਕਹਿੰਦਾ ਹੈ ਮੁੱਲਾ ਤੈਨੂੰ ਤੇ ਮਾਣ ਇਬਾਦਤਾਂ ਦਾ, ਪਰ ਐਵੇਂ ਨਹੀਂ ਜੰਨਤ ਖਰੀਦ ਹੁੰਦੀ। ਜੇਕਰ ਰੱਬ ਦੀ ਦੀਦ ਦਾ ਸ਼ੌਕ ਤੈਨੂੰ, ਰੱਬ ਦੀ ਦੀਦ ਦਾ ਸ਼ੌਕ ਤੈਨੂੰ, ਵਾਜੋ ਮੁਰਸ਼ਦ ਨਾ ਦੀਦ ਨਸੀਬ ਹੁੰਦੀ, ਵਾਜੋ ਮੁਰਸ਼ਦ ਨਾ ਦੀਦ ਨਸੀਬ ਹੁੰਦੀ, ਵਾਜੋ ਮੁਰਸ਼ਦ ਨਾ ਦੀਦ ਨਸੀਬ ਹੁੰਦੀ, ਵਾਜੋ ਮੁਰਸ਼ਦ ਨਾ ਦੀਦ ਨਸੀਬ ਹੁੰਦੀ। ਉਹ ਕਹਿੰਦਾ ਜੇ ਤੈਨੂੰ ਰੱਬ ਦੀ ਦੀਦ ਦਾ ਸ਼ੌਕ ਹੈ, ਤੈਨੂੰ ਇੱਕ ਗੱਲ ਦੱਸਣ ਲੱਗਿਆ ਕਿ ਬਾਜੋ ਮੁਰਸ਼ਦ ਨਾ ਦੀਦ ਨਸੀਬ ਹੁੰਦੀ। ਕਿਉਂਕਿ ਇਹ ਵੀ ਗੁਣੀ ਗਿਆਨੀ ਸਿਆਣੇ ਲੋਕ ਕਹਿ ਗਏ ਨੇ ਕਿ ਮੁਰਸ਼ਦ ਕੀ ਸੂਰਤ, ਅਲੀ ਕੀ ਸੂਰਤ, ਅਲੀ ਕੀ ਸੂਰਤ, ਨਬੀ ਕੀ ਸੂਰਤ, ਨਬੀ ਕੀ ਸੂਰਤ, ਖੁਦਾ ਕੀ ਸੂਰਤ। ਜੇਕਰ ਰੱਬ ਦੀ ਦੀਦ ਦਾ ਸ਼ੌਕ ਤੈਨੂੰ, ਬਾਜੋ ਮੁਰਸ਼ਦ ਨਾ ਦੀਦ ਨਸੀਬ ਹੁੰਦੀ। ਪਰ ਉਹ ਇੱਕ ਗੱਲ ਕਹਿੰਦਾ ਸਿੱਖ, ਕਹਿੰਦਾ ਕਮਲਿਆ ਤੈਨੂੰ ਇਹ ਵੀ ਦੱਸਣ ਲੱਗਾ ਬੇ ਮੁਰਸ਼ਦ ਕੈਸਾ ਹੋਣਾ ਚਾਹੀਦਾ, ਮੁਰਸ਼ਦ ਕੈਸਾ ਹੋਣਾ ਚਾਹੀਦਾ, ਜ਼ਰਾ ਤਵੱਜੋ ਦਿਓ। ਮੁਰਸ਼ਦ ਹੋਵੇ ਤੇ ਹਸਨ ਨੂੰ ਹੁਸੈਨ ਵਰਗਾ, ਮੁਰਸ਼ਦ ਹੋਵੇ ਤੇ ਹਸਨ ਨੂੰ ਹੁਸੈਨ ਵਰਗਾ, ਮੁਰਸ਼ਦ ਹੋਵੇ ਤੇ ਹਸਨ ਨੂੰ ਹੁਸੈਨ ਵਰਗਾ, ਐਸਾ ਹਸਨ ਨੂੰ ਹੁਸੈਨ ਵਰਗਾ। ਜਦੀ ਮੋਹਰ ਨਾ ਪਉਂਵਤ ਤੇ ਦੀਦ ਹੁੰਦੀ, ਜਦੀ ਮੋਹਰ ਨਾ ਪਉਂਵਤ ਤੇ ਦੀਦ ਹੁੰਦੀ, ਜਦੀ ਮੋਹਰ ਨਾ ਪਉਂਵਤ ਤੇ ਦੀਦ ਹੁੰਦੀ, ਜਦੀ ਮੋਹਰ ਨਾ ਪਉਂਵਤ ਤੇ ਦੀਦ ਹੁੰਦੀ। ਹਜ਼ਰਤ ਸਲਮਾਨ ਫਾਰਸੀ, ਹਜ਼ਰਤ ਸਲਮਾਨ ਫਾਰਸੀ, ਆਪ ਜ਼ੂਈ ਬਹੁਤ ਹੋ ਗਏ, ਬੁੱਢੇ ਬਹੁਤ ਹੋ ਗਏ, ਆਪ ਦੀ ਆਹ ਜਗ੍ਹਾ ਵੀ ਇੱਥੇ ਆ ਗਈ ਹਜ਼ਰਤ ਸਲਮਾਨ ਫਾਰਸੀ ਦੀ। ਆਪ ਕਿੱਥੇ ਚਲੇ ਗਏ? ਹਜ਼ਰਤ ਅਲੀ ਦੀ ਖਿਦਮਤ ਦੇ ਵਿੱਚ ਜਾ ਕੇ ਅਰਜ਼ ਕਰਦੇ ਨੇ ਹਜ਼ਰਤ ਅਲੀ ਦੇ ਅੱਗੇ, ਕਹਿੰਦੇ ਸਰਕਾਰ ਮੈਂ ਜ਼ੂਈ ਬਹੁਤ ਹੋ ਗਿਆ, ਬੁੱਢਾ ਬਹੁਤ ਹੋ ਗਿਆ, ਮੇਰੇ ਹੱਡ ਗੋਡੇ ਜਵਾਬ ਦੇ ਚੁੱਕੇ ਨੇ, ਮੈਨੂੰ ਇਹ ਦੱਸੋ ਵੀ ਮੇਰਾ ਆਖਰੀ ਵਕਤ ਕਦੋਂ ਆਊਗਾ? ਤਾਂ ਹਜ਼ਰਤ ਅਲੀ ਕਰਮੁੱਲਾ ਵਜੋਂ ਫਰਮਾਉਂਦੇ ਨੇ, ਕਹਿੰਦੇ ਸਲਮਾਨ ਜਦੋਂ ਵੀ ਤੇਰਾ ਕਬਰਿਸਤਾਨ ਦੇ ਕੋਲ ਦੀ ਗੁਜ਼ਰ ਹੁੰਦਾ ਨਾ, ਉੱਥੋਂ ਦੀ ਕਹਿ ਕੇ ਲੰਘਿਆ ਕਰ, ਕਿਆ
ਅਸਲਾਮ ਅਲੈਕਮ ਰਹਿਮਤੁਲਾ ਯਾ ਅਹਿਲਲ ਕਬੂਰ। ਜਦੋਂ ਕਬਰਿਸਤਾਨ ਦੇ ਵਿੱਚੋਂ ਤੇਰੇ ਸਲਾਮ ਦਾ ਜਵਾਬ ਆ ਗਿਆ ਨਾ, ਤਾਂ ਇਹ ਸੋਚ ਲਈ ਕਿ ਤੇਰਾ ਆਖਰੀ ਵਕਤ ਆ ਗਿਆ। ਹਜ਼ਰਤ ਸਲਮਾਨ ਫਾਰਸੀ ਨੇ ਰੋਜ਼ਾਨਾ ਲੰਘਿਆ ਕਰਨਾ ਔਰ ਕਹਿ ਕੇ ਲੰਘਿਆ ਕਰਨਾ। ਇੱਕ ਦਿਨ ਐਸਾ ਆਇਆ, ਆਪਨੇ ਕਿਹਾ ਕਿ ਅਸਲਾਮ ਅਲੈਕਮ ਰਹਿਮਤੁਲਾ ਯਾ ਅਹਿਲਲ ਕਬੂਰ। ਆਵਾਜ਼ ਆਈ ਕਿ ਵਾਲੇਕਮ ਅਸਲਾਮ ਆਸਕੇ ਰਸੂਲ। ਆਪ ਆਪਣੇ ਘਰ ਆ ਗਏ, ਕਿਉਂਕਿ ਆਪ ਨੂੰ ਯਕੀਨ ਥਾ, ਆਪ ਨੂੰ ਯਕੀਨ ਥਾ ਕਿ ਜੋ ਹਜ਼ਰਤ ਅਲੀ ਨੇ ਕਿਹਾ ਉਹ ਪੂਰਾ ਹੋ ਗਿਆ, ਕਿਉਂਕਿ ਜਿਹਦਾ ਯਕੀਨ ਪੱਕਾ ਉਹਦਾ ਦੀਨ ਪੱਕਾ। ਆਪਨੇ ਖਤ ਲਿਖਿਆ, ਉਹਦੇ ਵਿੱਚ ਲਿਖਿਆ ਕਿ ਮੇਰੀ ਲਾਸ਼ ਨੂੰ ਉਨੀ ਦੇਰ ਤੱਕ ਕੋਈ ਵੀ ਹੱਥ ਨਾ ਲਾਇਓ ਜਿੰਨੀ ਦੇਰ ਤੱਕ ਮੇਰੇ ਮੌਲਾ ਨਹੀਂ ਆ ਜਾਂਦੇ, ਮੌਲਾ ਅਲੀ ਨਹੀਂ ਆ ਜਾਂਦੇ। ਖਤ ਲਿਖਿਆ ਸਰਾਣੇ ਵੱਲ, ਆਰਾਮ ਲਈ ਲੇਟੇ। ਦੂਸਰਾ ਦਿਨ ਚੜ੍ਹਿਆ, ਆਪਨੇ ਇਸ ਫਾਨੀ ਦੁਨੀਆ ਤੋਂ ਪਰਦਾ ਕਰ ਲਿਆ। ਤਾਂ ਲੋਕ ਇਕੱਠੇ ਹੋਏ ਕਿ ਯਾਰ ਉਹ ਜਿਹੜੇ ਬਜ਼ੁਰਗ ਥੇ ਉਹਨਾਂ ਦਾ ਇੰਤਕਾਲ ਹੋ ਗਿਆ, ਚਲੋ ਉਹਨਾਂ ਦਾ ਦਫਨ ਕਫਨ ਕਰੀਏ। ਇਕੱਠੇ ਹੋ ਕੇ ਜਦ ਆਪ ਦੀ ਲਾਸ਼ ਦੇ ਕੋਲ ਆਏ, ਸਰਾਣੇ ਥੱਲੋਂ ਖਤ ਨਿਕਲਿਆ ਕਿ ਉਹਦੇ ਵਿੱਚ ਲਿਖਿਆ ਹੋਇਆ ਕਿ ਮੇਰੀ ਲਾਸ਼ ਨੂੰ ਉਨੀ ਦੇਰ ਤੱਕ ਕੋਈ ਵੀ ਹੱਥ ਨਾ ਲਾਇਓ ਜਿੰਨੀ ਦੇਰ ਤੱਕ ਮੇਰੇ ਮੌਲਾ ਨਹੀਂ ਆ ਜਾਂਦੇ, ਮੌਲਾ ਅਲੀ ਨਹੀਂ ਆ ਜਾਂਦੇ। ਹੈਰਾਨ ਹੋ ਗਏ ਕਿ ਯਾਰ ਹੁਣ ਕਰੀਏ ਤਾਂ ਕੀ ਕਰੀਏ। ਇਹਨੇ ਨੂੰ ਹਜ਼ਰਤ ਅਲੀ ਦੀ ਆਮਦ ਹੋ ਗਈ, ਕਿਉਂਕਿ ਇਹ ਵੀ ਵਾਅਦਾ ਸੀ ਹਜ਼ਰਤ ਅਲੀ ਕਰਮੁੱਲਾ ਵਜਹੁਦਾ ਹਜ਼ਰਤ ਸਲਮਾਨ ਫਾਰਸੀ ਨਾਲ ਕਿ ਸਲਮਾਨ ਜਦੋਂ ਵੀ ਤੇਰਾ ਆਖਰੀ ਟਾਈਮ ਆਇਆ ਨਾ, ਤੈਨੂੰ ਦਫਨ ਕਫਨ ਮੈਂ ਆਪਣੇ ਹੱਥੀਂ ਕਰਨਾ ਵਾ। ਇਹ ਹਜ਼ਰਤ ਅਲੀ ਦਾ ਵਾਅਦਾ ਸੀ ਆਪਦੇ ਨਾਲ। ਆਪ ਆਏ, ਆਪਨੇ ਆ ਕੇ ਆਸ਼ਕੇ ਰਸੂਲ ਨੂੰ ਨਹਿਲਾਇਆ, ਸਾਰੇ ਹਾਰ ਸ਼ਿੰਗਾਰ ਪੂਰੇ ਕੀਤੇ, ਯਾਨੀ ਹਜ਼ਰਤ ਸਲਮਾਨ ਫਾਰਸੀ ਨੂੰ ਹਜ਼ਰਤ ਅਲੀ ਨੇ ਆਪਣੇ ਹੱਥੀਂ ਲਹਿਰ ਦੇ ਵਿੱਚ ਉਤਾਰਿਆ। ਲਹਿਰ ਦੇ ਵਿੱਚ ਉਤਾਰ ਕੇ ਕਬਰ ਦੀ ਮਿੱਟੀ ਕਿਉਂਟੀ ਘਰ ਨੂੰ ਆ ਗਏ। ਜਦੋਂ ਬੰਦਾ 70 ਤੋਂ 72 ਕਦਮਾਂ 'ਤੇ ਚਲੇ ਜਾਂਦਾ ਤਾਂ ਕਬਰ ਦੇ ਅੰਦਰ ਮੁਨਕਰ ਨਕੀਰ ਹਾਜ਼ਰ ਹੋ ਜਾਂਦੇ ਨੇ, ਫਰਿਸ਼ਤੇ ਹਾਜ਼ਰ ਹੋ ਜਾਂਦੇ ਨੇ ਹਿਸਾਬ ਕਿਤਾਬ ਲੈਣ ਦੀ ਖਾਤਰ। ਆ ਕੇ ਕਹਿੰਦੇ ਨੇ ਮੁਨਕਰ ਨਕੀਰ, ਕਿਆ ਮਨ ਰੱਬੋ ਕਾ, ਮਨ ਦੀਨੋ ਕਾ, ਮਨ ਨਬੀਓ ਕਾ, ਮਨ ਰਸੂਲੋ ਕਾ, ਦੱਸ ਕੌਣ ਤੇਰਾ ਰੱਬ ਏ, ਕੌਣ ਤੇਰਾ ਨਬੀ ਏ, ਕੌਣ ਤੇਰਾ ਰਸੂਲ ਏ, ਕਿਆ ਤੇਰਾ ਦੀਨ ਏ। ਹਜ਼ਰਤ ਸਲਮਾਨ ਫਾਰਸੀ ਨੇ ਹਲਕੀ ਜਿਹੀ ਅੱਖ ਪੱਟੀ, ਫਰਮਾਉਂਦੇ ਨੇ ਉਹ ਕਹਿੰਦੇ ਦੁਨੀਆਦਾਰਾਂ ਨੇ ਤਾਂ ਦੁਨੀਆ 'ਤੇ ਆਰਾਮ ਨਹੀਂ ਕਰਨ ਦਿੱਤਾ, ਉਹ ਕਮ ਸੇ ਕਮ ਕਬਰ ਦੇ ਅੰਦਰ ਤਾਂ ਮੈਨੂੰ ਆਰਾਮ ਕਰ ਲੈਣ ਦਿਓ। ਤਾਂ ਫਰਿਸ਼ਤੇ ਬੋਲਦੇ ਨੇ, ਕਹਿੰਦੇ ਬਾਬਾ ਅਸੀਂ ਤੇਰੇ ਇਕੱਲੇ ਦੇ ਵਾਰੀ ਨਹੀਂ ਰੌਲਾ ਪਾਉਂਦੇ, ਇਹ ਇੱਥੇ ਦਾ ਇੱਕ ਦਸਤੂਰ ਬਣਿਆ ਹੋਇਆ, ਇੱਕ ਨਿਜ਼ਾਮ ਬਣਿਆ ਹੋਇਆ, ਜਿਹੜਾ ਵੀ ਕੋਈ ਆਉਂਦਾ ਉਹਨੂੰ ਇਹ ਹਿਸਾਬ ਕਿਤਾਬ ਦੇਣਾ ਪੈਂਦਾ। ਤਾਂ ਹਜ਼ਰਤ ਸਲਮਾਨ ਫਾਰਸੀ ਕਹਿੰਦੇ ਨੇ ਅੱਛਾ ਇਹ ਇੱਥੇ ਦਾ ਦਸਤੂਰ ਹੈ, ਜਿਹੜਾ ਵੀ ਕੋਈ ਆਉਂਦਾ ਉਹਨੂੰ ਹਿਸਾਬ ਕਿਤਾਬ ਦੇਣਾ ਪੈਂਦਾ ਕਿ ਹਾਂ ਬਾਬਾ। ਤਾਂ ਆਪ ਕਿਆ ਫਰਮਾਉਂਦੇ ਨੇ ਹਜ਼ਰਤ ਸਲਮਾਨ ਫਾਰਸੀ, ਦਸਤੂਰ ਤਾਂ ਬੇਸ਼ੱਕ ਪੇਸ਼ ਕਰੋ, ਦਸਤੂਰ ਤਾਂ ਬੇਸ਼ੱਕ ਪੇਸ਼ ਕਰੋ, ਦਸਤੂਰ ਤਾਂ ਬੇਸ਼ੱਕ ਪੇਸ਼ ਕਰੋ। ਆ ਫਰਮਾਉਂਦੇ ਨੇ, ਕਹਿੰਦੇ ਜਿਹੜਾ ਤੁਹਾਡਾ ਦਸਤੂਰ ਬਣਾਇਆ ਹੋਇਆ ਪੇਸ਼ ਕਰੋ, ਪਰ ਇੰਨੀ ਗੱਲ ਵੀ ਯਾਦ ਰੱਖਿਓ, ਕਿਹੜੀ? ਦਸਤੂਰ ਤਾਂ ਬੇਸ਼ੱਕ ਪੇਸ਼ ਕਰੋ, ਦਸਤੂਰ ਤਾਂ ਬੇਸ਼ੱਕ ਪੇਸ਼ ਕਰੋ, ਬੇਖਬਰ ਨਹੀਂ ਸਲਮਾਨ ਆਇਆ, ਬੇਖਬਰ ਨਹੀਂ ਸਲਮਾਨ ਆਇਆ, ਬੇਖਬਰ ਨਹੀਂ ਸਲਮਾਨ ਆਇਆ, ਬੇਵਾਰਸ ਨਹੀਂ ਮੈਨੂੰ ਛਿੜਕੋ ਨਾ, ਬੇਵਾਰਸ ਨਹੀਂ ਮੈਨੂੰ ਛਿੜਕੋ ਨਾ, ਬੇਵਾਰਸ ਨਹੀਂ ਮੈਨੂੰ ਛਿੜਕੋ ਨਾ, ਮੈਨੂੰ ਆਪ ਅਲੀ ਦਫਨਾਨ ਆਇਆ, ਮੈਨੂੰ ਵੀ ਅਲੀ ਦਾ ਉਹ ਮੇਰਾ ਪੇਸ਼ਵਾ ਅਲੀ ਏ, ਮੇਰੇ ਪੀਰ ਦਾ ਸਵਾਰੀ ਦੁਨੀਆ ਦਾ ਹਰ ਬਲੀ ਏ, ਬਲੀ ਏ, ਬੇਵਾਰਸ ਨਹੀਂ ਮੈਨੂੰ
ਮੈਂ ਮੁਰੀਦ ਹਾਂ ਅਲੀ ਦਾ, ਮੇਰਾ ਪੇਸ਼ਵਾ ਅਲੀ ਏ, ਮੇਰੇ ਪੀਰ ਦਾ ਸਵਾਲੀ, ਦੁਨੀਆ ਹਰ ਬਲੀ ਏ, ਮੁਰੀਦ ਹਾਂ ਅਲੀ ਦਾ। ਲਓ ਹਜ਼ੂਰ, ਇੰਨੀ ਗਾਜ਼ੀ ਕਬੂਲ ਕਰਿਓ ਕਮਲ ਭਾਜੀ, ਬੁਨੀਤ ਭਾਜੀ, ਕਿਉਂਕਿ ਤੁਹਾਨੂੰ ਪਤਾ ਮੈਂ ਕਿਸ ਰੰਗ ਜਾਣਾ ਵਾ। ਥੈਂਕ ਯੂ, ਮਿਹਰਬਾਨੀ, ਸ਼ੁਕਰੀਆ, ਥੈਂਕ ਯੂ। ਔਰ ਮੈਂ ਜਿੰਨੇ ਵੀ ਦੂਰੋਂ ਨੇੜੇ ਰਿਸ਼ਤੇਦਾਰ ਭੈਣ ਭਰਾ ਸਾਡੇ ਚੱਲ ਕੇ ਆਏ ਨੇ, ਸਾਰਿਆਂ ਨੂੰ ਜੀ ਆਇਆਂ ਖੁਸ਼ਾਮਦੀ ਆਖਦਾ। ਔਰ ਦਰਬਾਰ ਹਜ਼ਰਤ ਮੀਰਾ ਭੀਕ ਸਾਹਿਬ ਦੇ ਦਰਬਾਰ 'ਚੋਂ, ਸਾਡੇ ਕਲਾਮ ਸ਼ਰੀਫ ਦਰਬਾਰ ਦੇ ਵਿੱਚੋਂ ਬਾਬਾ ਬੁੱਲੇ ਸ਼ਾਹ ਜੀ, ਬਾਬਾ ਭੋਲੀ ਸ਼ਾਹ ਜੀ ਤਸ਼ਰੀਫ ਫਰਮਾ ਹੋਏ ਨੇ, ਸਾਡੇ ਪੀਰੋ ਮੁਰਸ਼ਦ ਬਾਬਾ ਬੁੱਲੇ ਸ਼ਾਹ ਸਰਕਾਰ ਤਸ਼ਰੀਫ ਫਰਮਾ ਹੋਏ ਨੇ, ਔਰ ਸਾਡੇ ਗਰਜਾ ਬਾਬਾ ਜੀ ਕਸਿਆਣਾ ਸ਼ਰੀਫ ਤੋਂ, ਔਰ ਸਾਡੇ ਰਜਿੰਦਰ ਸਾਈਂ ਜੀ ਗੰਡਿਆ ਖੇੜੀ ਤੋਂ ਤਸ਼ਰੀਫ ਫਰਮਾ ਹੋਏ ਨੇ, ਔਰ ਤਮਾਮ ਜਿੰਨੇ ਵੀ ਸੇਵਾਦਾਰ ਔਰ ਸਾਡੇ ਇਸ ਨਗਰ ਦੀ ਸ਼ਾਨ, ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਤੁਹਾਡਾ ਆਪਣਾ ਮੇਲਾ ਹੈ, ਅਤੇ ਹਸਮਤ ਸੁਲਤਾਨਾ ਜੀ ਉਹ ਵੀ ਆਪਣੀ ਹਾਜ਼ਰੀ ਦੇਣਗੇ, ਔਰ ਚੰਦ ਟਾਈਮ ਦੇ ਵਿੱਚ ਹੋਰ ਵੀ ਅੱਛੇ ਅੱਛੇ ਆਰਟਿਸਟ ਆਪ ਜੀ ਦੇ ਰੂਬਰੂ ਹੋਣਗੇ। ਹਸਮਤ ਸੁਲਤਾਨਾ ਜੀ ਦੇ ਮਜੀਸ਼ੀਅਨ ਸਾਹਿਬਾਨ ਸਟੇਜ 'ਤੇ ਸੱਜ ਚੁੱਕੇ ਨੇ, ਔਰ ਸਰਦਾਰ ਅਲੀ ਜੀ ਔਰ ਹਾਂਜੀ ਉਹਨਾਂ ਦੇ ਮਜੀਸ਼ੀਅਨ ਸਾਹਿਬਾਨ ਵੀ ਪਹੁੰਚ ਚੁੱਕੇ ਨੇ। ਉਹ ਆ ਗਏ। ਔਰ ਮੈਂ ਤਮਾਮ ਜਿੰਨੇ ਵੀ ਸੇਵਾਦਾਰ ਨੇ, ਮੈਂ ਫਿਰ ਦੁਬਾਰਾ ਇਹੀ ਗੁਜ਼ਾਰਿਸ਼ ਕਰਦਾ ਕਿ ਆਪਣੀ ਡਿਊਟੀ ਨੂੰ ਬਾਖੂਬੀ ਸਾਰਿਆਂ ਨੇ ਸਮਝਣਾ, ਠੀਕ ਹੈ ਜੀ। ਭਾਅ ਜੀ ਤੁਹਾਡਾ ਐਂਕਰ ਕਿੱਥੇ ਯਾਰ? ਗੰਡਾ ਖੇੜੀ ਤੋਂ, ਕੜਾਮ ਸ਼ਰੀਫ ਤੋਂ, ਫਗਵਾੜਾ ਤੋਂ ਜਿੰਨੀ ਵੀ ਸਰਕਾਰਾਂ ਪਹੁੰਚੀਆਂ ਨੇ, ਸਭ ਨੂੰ ਖੁਸ਼ਾਮਦੀਦ। ਬਾਲੀਵੁੱਡ ਸੁਪਰ ਸਟਾਰ ਵੱਲੋਂ ਕਮਲ ਖਾਲ ਵੱਲੋਂ ਸਾਰਿਆਂ ਨੂੰ ਜੀ ਆਇਆਂ ਜੀ ਵੈਲਕਮ। ਸਾਡਾ ਪਰਿਵਾਰ ਸਰਦਾਰ ਅਲੀ ਦਾ ਸਾਰਾ ਪੂਰਾ ਪਰਿਵਾਰ, ਹੀਰਾ ਗਰੁੱਪ। ਹੈਲੋ ਸੋਨੀ, ਇੱਕ ਵਾਰੀ ਫਿਰ ਪਿੰਡ ਵੱਲੋਂ
ਨਗਰ ਨਿਵਾਸੀਆਂ ਨੇ ਜਿੰਨੇ ਵੀ ਤਿਲ ਫੁੱਲ ਇਸ ਮੇਲੇ ਲਈ ਇਕੱਠਾ ਕੀਤਾ ਅਤੇ ਕਮਲ ਖਾਨ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਬਹੁਤ ਹੀ ਜਲਦੀ ਇਹ ਸਿਰਫ 2 ਦਿਨ ਦੇ ਵਿੱਚ ਸਾਰਾ ਰੁਝਾਨ ਰੁਝਿਆ ਗਿਆ। ਤਾੜੀ ਮਾਰ ਦਿਓ ਸਰਕਾਰਾਂ ਦੇ ਨਾਂ 'ਤੇ। ਹੀਰੇ ਇੱਧਰ ਆਓ, ਸਾਹਮਣੇ ਆਓ ਸਾਰੇ, ਮੂੰਹ ਘੁਮਾਉਣਾ ਪੈਂਦਾ ਫਿਰ ਮੈਨੂੰ। ਇੱਧਰ ਆਓ ਸਾਰੇ, ਅੱਧੇ ਪਾਣੀ ਪੂਣੀ ਫਿਰ ਲੱਗਣਾ ਇਹਨਾਂ ਨੇ, ਫਿਰ ਪਾਣੀ ਤੌਣੀ ਤੌਣੀ ਹੋ ਜਾਣਾ ਸਾਰਿਆਂ ਨੇ। ਬਾਲੀਵੁੱਡ ਸਟਾਰ ਸਾਡੇ ਹਸਮਤ ਸੁਲਤਾਨਾ ਜੀ, ਬਸ ਬੈਲੈਂਸ ਕੀਬੋਰਡ ਔਨ ਕਰੋ ਜੀ। ਇੱਕ ਵਾਰੀ ਜਿੰਨੇ ਵੀ ਸਾਰੇ ਥੇ ਵਾਲੀ ਸਰਕਾਰ 'ਤੇ ਹਾਜ਼ਰ ਹੋਏ ਹੋ, ਸਜਦਾ ਸਲਾਮ ਕਰ ਲਓ, ਇੱਕ ਵਾਰੀ ਹੱਥ ਖੜ੍ਹੇ ਕਰਕੇ ਹੱਥ ਖੜ ਕਰ ਲਓ ਸਾਰੇ ਜਿੰਨੇ ਵੀ ਇੱਥੇ ਵਾਲੀ ਸਰਕਾਰ 'ਤੇ ਪਹੁੰਚੇ, ਸਾਰੇ ਜ਼ੋਰਦਾਰ ਤਾੜੀਆਂ ਮਾਰ ਦਿਓ। ਸਰਕਾਰਾਂ ਦਾ ਮੇਲਾ ਹੋ ਰਿਹਾ, ਦਿਖਾਇਆ ਜਾ ਰਿਹਾ ਪੰਜਾਬ ਲਾਈਵ ਟੀਵੀ, ਤੁਸੀਂ ਸਾਰੇ ਚੈਨਲ ਸਰਚ ਕਰ ਸਕਦੇ ਹੋ, ਪੂਰੇ ਵਰਲਡ 'ਚ ਲਾਈਵ ਚੱਲ ਰਿਹਾ। ਇੱਕ ਵਾਰੀ ਉਹਨਾਂ ਲਈ ਵੀ ਖਿੱਚ ਕੇ ਤਾੜੀ ਮਾਰ ਦਿਓ। ਥੋੜਾ ਬੈਲੈਂਸ ਜਲਦੀ ਕਰਾਓ ਵੀਰੇ, ਜਲਦੀ ਥੋੜਾ ਜਿਹਾ ਸਾਊਂਡ ਵਾਲਿਓ ਪਲੀਜ਼।
ਭਾਵੇਂ ਸੌ ਸੌ ਜੁਮੇ ਪੜ ਆਈ ਹੋ ਗੰਗਾ ਗਿਆ ਗੱਲ ਮੁੱਕਦੀ ਨਹੀਂ ਹੋ ਭਾਵੇਂ ਸੌ ਸੌ ਗੋਤੇ ਖਾਈ ਹੋ ਬੁੱਲੇ ਸ਼ਾਹ ਬੁੱਲੇ ਸ਼ਾਹ ਵੀਰੇ ਥੋੜ੍ਹੀ ਜਿਹੀ ਨਾ ਸ਼ਾਰਪ ਘੱਟ ਕਰੋ, ਡਲੇ ਛੱਡੋ, ਥੋੜ੍ਹੀ ਜਿਹੀ ਸ਼ਾਰਪ ਘੱਟ ਕਰੋ ਮੈਂ ਕਹਿੰਦੀ ਬੁੱਲੇ ਸ਼ਾਹ ਗੱਲ ਤਾਈਓ ਮੁੱਕਦੀ ਹੋ ਜਦੋਂ ਮੈਨੂੰ ਦਿਲੋਂ ਭੁਲਾ ਜਿਹੜੇ ਇਸ਼ਕ ਦੇ ਘੁੰਗਰੂ ਬਣ ਲੈਂਦੇ ਬਾਬਾ ਜੀ ਬਾਬਾ ਇਸ਼ਕ ਦੇ ਘੁੰਗਰੂ ਬੰਨੀ ਬੈਠੇ ਨੇ ਸਾਡੇ ਖਾਨ ਸਾਹਿਬ ਤਾੜੀਆਂ ਮਾਰ ਦਿਓ ਜਿਹੜੇ ਇਸ਼ਕ ਦੇ ਘੁੰਗਰੂ ਬਨ ਲੈਂਦੇ ਨੱਚ ਨੱਚ ਕੇ ਇਬਾਦਤ ਕਰਦੇ ਨੇ ਉਹ ਦੋਨੋਂ ਜਹਾਨੀ ਰਹਿਣ ਚੰਗੇ ਜਿਹੜੇ ਦਮ ਸੱਜਣਾ ਦਾ ਭਰਦੇ ਨੇ ਜਿਹੜੇ ਹੋ ਜਾਣਾ ਇਸ਼ਕ ਦੇ ਘੁੰਗਰੂ ਬਨ ਲੈਂਦੇ ਹੋ ਨੱਚ ਨੱਚ ਕੇ ਇਬਾਦਤ ਕਰਦੇ ਨੇ ਉਹ ਦੋਨਾਂ ਜਹਾਨੀ ਰਹਿਣ ਚੰਗੇ ਜਿਹੜੇ ਦਮ ਸੱਜਣਾ ਦਾ ਪਰਦੇ ਨੇ ਸਾਡੇ ਜਨਾਬ ਸ਼ੌਕਤ ਅਲੀ ਦਵਾਨਾ ਜੀ ਸਾਡੇ ਗੁਰੂ ਜੀ ਦੇ ਬੇਟੇ ਆਸਾਨ ਦਵਾਨਾ ਜੀ ਬਹੁਤ ਸਾਰਾ ਮਾਣ ਬਹੁਤ ਸਾਰਾ ਪਿਆਰ ਸਾਡੇ ਬਾਬੂ ਜੀ ਜੋ ਕਿ ਕਮਲ ਖਾਨ ਸਾਹਿਬ ਦੇ ਫਾਦਰ ਸਾਹਿਬ ਨੇ ਉਹ ਬਹੁਤ ਸਾਰਾ ਮਾਣ ਕਰਕੇ ਗਏ ਨੇ ਸਾਡੀਆਂ ਥੇ ਵਾਲੀਆਂ ਸਰਕਾਰਾਂ ਨੇ ਅਤੇ ਇੱਦਾਂ ਹੀ ਮਿਹਰ ਭਰੇ ਹੱਥ ਰੱਖਣ ਅਤੇ ਬਾਲੀਵੁੱਡ ਸਟਾਰਾਂ 'ਚ ਇਹਨਾਂ ਦਾ ਨਾਂ ਚਮਕਦਾ ਰਹੇ ਇੱਕ ਵਾਰੀ ਖਿੱਚ ਕੇ ਤਾੜੀ ਮਾਰ ਦਿਓ ਫਿਰ ਨਾ ਐਬ ਚੰਗੇ ਨਾ ਸ਼ਕਲ ਚੰਗੀ
ਕਦੇ ਇਸ ਵੱਲ ਗੱਲ ਤਾਂ ਤੱਕਿਆ ਹੀ ਨਹੀਂ, ਨਾ ਐਬ ਚੰਗੇ ਨਾ ਸ਼ਕਲ ਚੰਗੀ, ਕਦੇ ਇਸ ਗੱਲ ਵੱਲ ਤਾਂ ਤੱਕਿਆ ਹੀ ਨਹੀਂ। ਉਹਨੇ ਮੇਲੀ ਚੋਲੀ ਭਰ ਦਿੱਤੀ, ਕਿਸੇ ਗੱਲ ਦਾ ਓਲਾ ਰੱਖਿਆ ਹੀ ਜਿਨ੍ਹਾਂ ਸਿਰ ਉੱਤੇ ਹੋਵੇ ਹੱਥ ਸਾਈਆਂ ਦਾ, ਉਹ ਪਿੱਛੇ ਕਦੇ ਫਿਰ ਮੁੜਦੇ ਨੇ। ਜਿਹੜੇ ਇਸ਼ਕ ਦੇ ਘੁੰਗਰੂ ਬਣ ਲੈਂਦੇ ਨੱਚ ਨੱਚ ਕੇ ਇਬਾਦਤ ਕਰਦੇ ਨੇ, ਉਹ ਦੋਨਾਂ ਜਹਾਨੀ ਰਹਿਣ ਚੰਗੇ ਜਿਹੜੇ ਦਮ ਸੱਜਣਾ ਦਾ ਪਰਦੇ ਨੇ। ਇਹ ਇਸ਼ਕ ਕਿਸੇ ਦਾ ਮਿੱਤ ਨਹੀਂ, ਇਹ ਇਸ਼ਕ ਕਿਸੇ ਦਾ ਮਿੱਤ ਨਹੀਂ, ਇਹਨੇ ਹਰ ਆਸ਼ਕ ਨੂੰ ਪੱਟਿਆ, ਹਕਨੀ ਪਾਈਆ ਹਕਨੀ ਪਾਈਆ ਚਾਕਦੇ ਮੁੰਦਰਾ ਤੇ ਹੱਥ ਵਿੱਚ ਚਿਮਟਾ ਚੱਕਿਆ। ਹੋ ਕੋਈ ਆਖੇ ਇਹਨੂੰ ਛੱਲਾ ਗੋਬਰੂ, ਕੋਈ ਆਖੇ ਰੰਦਾ ਪੱਟਿਆ, ਉਹ ਕੋਈ ਆਖੇ ਇਹਨੂੰ ਛੱਲਾ ਗੱਭਰੂ, ਕੋਈ ਆਖੇ ਰੰਦਾ ਪੱਟਿਆ। ਕਿਉਂਕਿ ਆਸ਼ਕਾਂ ਦੇ ਕਿੱਸੇ ਕਿਹੜੇ ਕਿਹੜੇ ਦੱਸੀਏ, ਹਾਂਜੀ, ਕਿਹੜੇ ਕਿਹੜੇ ਯਾਰਾ ਤੈਨੂੰ ਮੈਂ ਸੁਣਾਵਾਂ, ਕਿਹੜੇ ਕਿਹੜੇ ਯਾਰਾ ਤੈਨੂੰ ਮੈਂ ਸੁਣਾਵਾਂ, ਹੋ ਕਿੱਸੇ ਬਣੇ ਆਸ਼ਕਾਂ ਦੇ, ਕਿਹੜੇ ਕਿਹੜੇ ਯਾਰਾ ਤੈਨੂੰ ਮੈਂ ਸੁਣਾਵਾਂ, ਹੋ ਕਿੱਸੇ ਬਣੇ ਆਸ਼ਕਾਂ ਦੇ, ਕਿਹੜੇ ਕਿਹੜੇ ਯਾਰਾ ਤੈਨੂੰ ਮੈਂ ਸੁਣਾਵਾਂ, ਹੋ ਕਿੱਸੇ ਬਣੇ ਆਸ਼ਕਾਂ ਦੇ, ਜਾਣੇ ਗਿਣੀਆਂ ਨਾ ਹੋ ਜਾਣੇ ਗਿਣੀਆਂ ਨਾ ਕਿਸੇ ਬਣੇ ਆਸ਼ਕਾਂ ਦੇ, ਕਿਹੜੇ ਕਿਹੜੇ ਯਾਰਾ ਤੈਨੂੰ ਮੈਂ ਸੁਣਾਵਾਂ, ਕਿਸੇ ਬਣੇ ਆਸ਼ਕਾਂ ਦੇ, ਕਿਹੜੇ ਕਿਹੜੇ ਯਾਰਾ ਤੈਨੂੰ ਮੈਂ ਸੁਣਾਵਾਂ, ਕਿਸੇ ਬਣੇ ਆਸ਼ਕਾਂ ਦੇ, ਜਾਣੇ ਗਿਣੀਆਂ ਨਾ ਹੋ ਜਾਣੇ ਗਿਣੀਆਂ ਨਾ, ਜਾਣੇ ਗਿਣੀਆਂ ਨਾ ਹੋ ਜਾਣੇ ਗਿਣੀਆਂ ਨਾ, ਜਾਣੇ ਗਿਣੀਆਂ ਨਾ ਕਿਸੇ ਤੋਂ ਵਫਾਵਾਂ, ਉਹ ਕਿਸੇ ਕਿਸੇ ਬੜੇ ਆਸ਼ਕਾਂ ਦੇ। ਆਪਸ ਨੇੜੇ ਆਪਸ ਨੇੜੇ ਨੇੜੇ ਬੈਠੋ ਲਾ, ਆਪਸ ਨੇੜੇ ਨੇੜੇ ਬੈਠੋ ਲਾ, ਸਾਨੂੰ ਹਰਦਮ ਤੇਰੀਆਂ ਲੋੜਾਂ, ਹੋ ਦੁਨੀਆਂ ਦੇ ਵਿੱਚ ਸੱਜਣਾ ਬਾਜੋ ਨਹੀਂ ਪੂਰੀਆਂ ਹੁੰਦੀਆਂ ਥੋੜਾ, ਜਦ ਜ਼ਿਕਰ ਮੇਰਾ ਇਸ਼ਕ ਸਲਾਮਤ ਕਿ ਹੋਰ ਕਿਸੇ ਵੱਲ ਜੋੜਾ, ਹੋ ਸੱਜਣਾ ਇਸ਼ਕ ਦਾ ਕਾਫਰ ਹੋਵਾਂ ਜੇ
ਪਰੋ ਮੁਖ ਮੋੜਾ ਕਿਹੜੇ ਕਿਹੜੇ ਯਾਰਾ ਤੈਨੂੰ ਮੈਂ ਸੁਣਾਵਾ ਹੋ ਕਿਸੇ ਬੜੇ ਆਸ਼ਕਾਂ ਦੇ ਕਿਹੜੇ ਕਿਹੜੇ ਯਾਰਾ ਤੈਨੂੰ ਮੈਂ ਸੁਣਾਵਾ ਹੋ ਕਿਸੇ ਬੜੇ ਆਸ਼ਕਾਂ ਦੇ ਜਾਣੇ ਗਿਣੀਆਂ ਨਾ ਹੋ ਜਾਣੇ ਗਿਣੀਆਂ ਨਾ ਜਾਣੇ ਗਿਣੀਆਂ ਨਾ ਹੋ ਜਾਣੇ ਗਿਣੀਆਂ ਨਾ ਜਾਣੇ ਗਿਣੀਆਂ ਨਾ ਕਿਸੇ ਤੋਂ ਬਫਾਵਾ ਹੋ ਕਿਸੇ ਬਾਬਾ ਜੀ ਨੱਥ ਪਾਈ ਖਸਮ ਨੇ ਸਿਰਕਾਂ ਦੀ ਉਹਦੀ ਗੋਲੀ ਹੋ ਕੇ ਰਹਿ ਗਈਆਂ ਨੱਥ ਪਾਈ ਖਸਮ ਨੇ ਸਿਰਕਾਂ ਦੀ ਉਹਦੀ ਗੋਲੀ ਹੋ ਕੇ ਰਹਿ ਗਈਆਂ ਤਿੰਨ ਹਸ਼ਰ ਤੇ ਸ਼ਰਮਾ ਰੱਖੇਗਾ ਉਹਦੇ ਕਦਮਾਂ ਦੇ ਵਿੱਚ ਪੈ ਗਈਆਂ ਉਹ ਕਿਹੜੇ ਕਿਹੜੇ ਯਾਰਾ ਤੈਨੂੰ ਮੈਂ ਸੁਣਾਵਾਂ ਉਹ ਕਿੱਸੇ ਬੜੇ ਆਸ਼ਕਾਂ ਦੇ ਸਾਡੀ ਭੈਣ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਸਾਰਾ ਮਾਣ ਬਹੁਤ ਸਾਰਾ ਮਾਣ ਸਰਕਾਰਾਂ ਵੱਲੋਂ ਤੂਤਾਂ ਬਾਲਾ ਰੋਜੀ ਕੱਚਾ ਕਿਹੜਾ ਫੜ ਕੇ ਤੂਤਾਂ ਬਾਲਾ ਰੋਜੀ ਕੱਚਾ ਕਿਹੜਾ ਫੜ ਕੇ ਤੁਰੇ ਇਸ਼ਕ ਦੀ ਨਮਾਜ਼ ਮੂੰਹੋਂ ਕਰਕੇ ਤੁਰੇ ਇਸ਼ਕ ਦੀ ਨਮਾਜ਼ ਮੂੰਹੋਂ ਕਰਕੇ ਹੋ ਪਰ ਭੁੱਲਣ ਨਾ ਯਾਰ ਦੀਆਂ ਰਾਮਾਂ ਪਰ ਭੁੱਲਣ ਨਾ ਯਾਰ ਦੀਆਂ ਰਾਮਾਂ ਹੋ ਕਿੱਸੇ ਬੜੇ ਆਸ਼ਕਾਂ ਦੇ ਕਿਹੜੇ ਕਿਹੜੇ ਯਾਰਾਂ ਤੈਨੂੰ ਮੈਂ ਸੁਣਾਵਾਂ ਹੋ ਕਿੱਸੇ ਬੜੇ ਆਸ਼ਕਾਂ ਦੇ ਹੋ ਜਾਣ ਗਿਣੀਆਂ ਨਾ ਹੋ ਜਾਣ ਗਿਣੀਆਂ ਨਾ ਜਾਣ ਗਿਣੀਆਂ ਨਾ ਹੋ ਜਾਣ ਗਿਣੀਆਂ ਨਾ ਜਾਣ ਗਿਣੀਆਂ ਨਾ ਕਿਸੇ ਤੋਂ ਵਫਾਵਾਂ ਆਸ਼ਕਾਂ ਦੇ ਹੋ ਕਿੱਸੇ ਬਣੇ ਆਸ਼ਕਾਂ ਦੇ
ਤੋਂ ਵਫਾਵਾਂ ਉਹ ਕਿਸੇ ਬੜੇ ਆਸ਼ਕਾਂ ਦੇ ਜਾਣੇ ਗਿਰੇ ਯਾਰਾ ਕਿਸੇ ਤੋਂ ਵਫਾਵਾਂ ਉਹ ਕਿਸੇ ਬੜੇ ਆਸ਼ਕਾਂ ਬਹੁਤ ਸਾਰਾ ਮਾਣ ਬਹੁਤ ਸਾਰਾ ਪਿਆਰ ਇਹ ਵਾਲੀ ਸਰਕਾਰ ਦੇ ਜਿੰਨੀਆਂ ਵੀ ਸੰਗਤਾਂ ਪਹੁੰਚੇ ਬਹੁਤ ਸਾਰਾ ਮਾਣ ਸਰਕਾਰਾਂ ਵੱਲੋਂ ਸਾਡੇ ਫਗਵਾੜੇ ਤੋਂ ਸਾਡੇ ਬਾਬਾ ਸਾਈਂ ਬਿੱਲੇ ਸ਼ਾਹ ਜੀ ਵੱਲੋਂ ਕੜਾਮ ਸ਼ਰੀਫ ਤੋਂ ਅਤੇ ਖੇੜੀ ਵਾਲੀ ਸਰਕਾਰਾਂ ਤੋਂ ਬਹੁਤ ਸਾਰਾ ਮਾਣ ਸਾਡੇ ਬਾਲੀਵੁੱਡ ਸਟਾਰ ਸਾਡਾ ਵੀਰ ਕਮਲ ਖਾਨ ਉਹਨਾਂ ਵੱਲੋਂ ਅਤੇ ਸਾਡੇ ਵਿਨੀਤ ਵੀਰ ਥੇ ਵਾਲੀ ਸਰਕਾਰ ਇਹਨਾਂ 'ਤੇ ਅੱਧੇ ਮੇਹਰ ਭਰੇ ਹੱਥ ਰੱਖੇ ਇਹਨਾਂ ਦੇ ਪੀਰੋ ਮੁਰਸ਼ਦ ਦਾ ਇੱਦਾਂ ਹੀ ਕਰਮ ਬਣਿਆ ਰਹੇ ਅਤੇ ਬਾਲੀਵੁੱਡ 'ਚ ਧੁੰਮਾਂ ਪਾਉਂਦੇ ਰਹਿਣ ਇਹ ਸਾਡਾ ਆਸ਼ੀਰਵਾਦ ਹੈ ਜੋ ਹੁਕਮ ਇੱਕ ਕਲਾਮ ਦੇ ਨਾਲ ਹੋਰ ਹਾਜ਼ਰੀ ਉਸ ਤੋਂ ਬਾਅਦ ਹਸ਼ਮਤ ਸੁਲਤਾਨਾ ਜੀ ਹਸ਼ਮਤ ਰੈਡੀ ਹੈ ਜੀ ਵੀਰੇ ਬੈਲੈਂਸ ਕਰਾਓ ਪਲੀਜ਼ ਮੈਂ ਸਾਰਾ ਐਵੇਂ ਗਾ ਗਿਆ ਫਿਰ ਕਮਾਲ ਹੋ ਗਈ ਕਰਾਓ ਵੀਰੇ ਜਲਦੀ ਇਸ ਤੋਂ ਬਾਅਦ ਸਾਡੇ ਹਸ਼ਮਤ ਸੁਲਤਾਨਾ ਜੀ ਅਤੇ ਤੁਸੀਂ ਸਾਰੇ ਹੱਥ ਖੜ੍ਹੇ ਕਰਕੇ ਸਾਰਿਆਂ ਨੇ ਆਪਾਂ ਆਪਣੀਆਂ ਝੋੜੀਆਂ ਭਰਨੀਆਂ ਨੇ ਇਸ ਦਰਗਾਹ ਤੋਂ ਸਾਰੇ ਜਿੰਨੇ ਵੀ ਆਏ ਹੋ ਕੁਛ ਲੈਣ ਆਏ ਹੋ ਤਾਂ ਇੱਕ ਵਾਰ ਜ਼ਰੂਰ ਜੈਕਾਰੇ 'ਚ ਸਾਥ ਦਿਓ ਜੈਕਾਰਾ ਸੱਚੀਆਂ ਸਰਕਾਰਾਂ ਦਾ ਸੱਚੇ ਦਰਬਾਰ ਕੀ ਦਰਬਾਰ ਕੀ ਬਹੁਤ ਹੀ ਵਰਲਡ ਸਟਾਰ ਸਾਡੇ ਹਸ਼ਮਤ ਸੁਲਤਾਨਾ ਜੀ ਜੋ ਕਿਸੇ ਜਾਣ ਪਹਿਚਾਣ ਦੇ ਮੁਹਤਾਜ਼ ਨਹੀਂ ਜ਼ੋਰਦਾਰ ਤਾੜੀਆਂ ਨੂਰਾ ਸਿਸਟਰ ਦੇ ਨਾਂ 'ਤੇ ਜ਼ੋਰਦਾਰ ਤਾੜੀਆਂ ਹਾਂਜੀ ਓਕੇ ਦੇ ਨਾਲ ਇੰਤਜ਼ਾਰ ਸੀ ਇੱਕ ਜ਼ੋਰਦਾਰ ਤਾੜੀ ਹੋ ਜਾਏ ਉੱਪਰ ਹੱਥ ਖੜ੍ਹੇ ਕਰਕੇ ਹਸ਼ਮਤ ਸੁਲਤਾਨਾ ਜੀ ਸਾਡੇ ਵਿੱਚ ਪਹੁੰਚ ਚੁੱਕੇ ਨੇ ਔਰ ਸਾਡੇ ਉਹਨਾਂ ਦੇ ਪੂਰੇ ਗਰੁੱਪ ਦੇ ਮੈਂਬਰ ਸਾਹਿਬਾਨ ਰੈਡੀ ਹੋ ਚੁੱਕੇ ਨੇ ਐਂਕਰ ਸਾਹਿਬ ਤੁਸੀਂ ਆ ਜਾਓ ਜੀ ਜ਼ੋਰਦਾਰ ਤਾੜੀਆਂ ਸਾਡੇ ਦਵਿੰਦਰ ਕੈਂਡੇਵਾਲ ਦੇ ਨਾਂ 'ਤੇ ਜ਼ੋਰਦਾਰ ਤਾੜੀਆਂ ਸਾਡਾ ਭਰਾ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਦਵਿੰਦਰ ਕੈਂਡੇਵਾਲ ਤੁਸੀਂ ਕਿੰਨੇ ਸਾਰੇ ਹਿੱਟ ਸੌਂਗ ਹੁਣ ਸੁਣੇ ਨੇ ਭਰਾ ਦੇ ਸਾਡੇ ਵਿੱਚ ਦਵਿੰਦਰ ਕੈਂਡੇਵਾਲ ਮੇਰੇ ਭਰਾ ਜ਼ੋਰਦਾਰ ਤਾੜੀਆਂ ਅੱਜ ਮੇਰਾ ਵੀਰ ਬਹੁਤ ਦੇਰ ਬਾਅਦ ਇਕੱਠੇ ਹੋਇਆ ਸਾਡਾ ਭਰਾ ਬਹੁਤ ਹੀ ਹਿੱਟ ਗਾਣੇ ਨੇ ਛੱਤਰਗੜ੍ਹ ਦੇ ਜਿੰਨੇ ਵੀ ਤੁਸੀਂ ਹਿੱਟ ਆਪ ਹੀ ਦੱਸਣਗੇ ਮੈਂ ਤਾਂ ਕੀ ਦੱਸੂ ਇਹਨਾਂ ਦੀ ਸ਼ਾਨ ਬਾਰੇ ਕੀ ਬੋਲੂੰਗਾ
ਅਤੇ ਹਸ਼ਮ ਸੁਲਤਾਨਾ ਜੀ ਰੈਡੀ ਨੇ, ਅਤੇ ਉਸ ਤੋਂ ਪਹਿਲਾਂ ਮੇਰਾ ਵੀਰ ਦਵਿੰਦਰ ਕੈਂਡੋਵਾਲ ਸਾਹਿਬ। ਬਹੁਤ ਬਹੁਤ ਮੁਬਾਰਕਬਾਦ ਅੱਜ ਦੇ ਇਸ ਮੁਕੱਦਸ ਦਿਨ ਦੀ, ਅੱਜ ਦੇ ਇਸ ਉਰਸ ਦੀ। ਤੁਹਾਨੂੰ ਸਾਰਿਆਂ ਨੂੰ ਦਿਲੀ ਮੁਬਾਰਕਬਾਦ, ਸਾਰੀ ਪ੍ਰਬੰਧਕ ਕਮੇਟੀ ਨੂੰ ਦਿਲੋਂ ਸ਼ੁਕਰੀਆ, ਦਿਲੋਂ ਸ਼ੁਕਰਾਨਾ, ਜਿਨ੍ਹਾਂ ਨੇ ਇਹੋ ਜਿਹੀਆਂ ਮਹਾਨ ਸ਼ਖਸੀਅਤਾਂ ਦੇ ਦਰਸ਼ਨ ਕਰਨ ਦਾ ਸਾਡਾ ਵੀ ਸੁਭਾਗ ਬਣਾਇਆ। ਕਿਉਂਕਿ ਫਕਰ ਰੂਹਾਂ, ਉਹ ਪਹੁੰਚੀਆਂ ਹੋਈਆਂ ਰੂਹਾਂ ਨੂੰ ਇੰਨਾ ਨੇੜਿਓਂ ਰੂਬਰੂ ਹੋਣਾ, ਸਨਮੁੱਖ ਹੋਣਾ, ਚੰਗੇ ਕਰਮਾਂ ਚੰਗੇ ਭਾਗਾਂ ਦੀ ਗੱਲ ਹੈ। ਹੈਲੋ, ਮੇਰਾ ਬਹੁਤ ਹੀ ਪਿਆਰਾ ਸੁਰੀਲਾ ਵੀਰ ਕਮਲ, ਬਾਕੀ ਕਮਲ ਦਾ ਫੁੱਲ ਹੈ, ਅਤੇ ਸਾਰੇ ਭਰਾਵਾਂ ਨੂੰ ਸੁਰੀਲੇ ਜਾਓ ਉੱਧਰ ਬੈਠੋ, ਪਲੀਜ਼ ਰਿਕੁਐਸਟ, ਪਲੀਜ਼ ਆ ਜਾਓ ਵੀਰ ਬਣ ਕੇ, ਪਲੀਜ਼ ਰਿਕੁਐਸਟ ਹੈ ਕੈਂਡੋਵਾਲ ਜੀ, ਇੱਕ ਸੈਕਿੰਡ। ਆ ਸਾਰੇ ਜਿਹੜੇ ਪਿੱਛੇ ਸਰ, ਸਾਰੇ ਵੀਰ ਸਾਰੇ ਪਨਾਲ 'ਚ ਬੈਠੋ ਵੀਰੇ, ਪਲੀਜ਼ ਬੇਨਤੀ ਆ, ਸਿਰਫ ਦੋ ਦੀ ਡਿਊਟੀ, ਪਲੀਜ਼ ਉਹ ਦੋ ਇੱਥੇ ਇਕੱਠ ਨਹੀਂ ਕਰਨਾ, ਪਲੀਜ਼ ਸਾਰਿਆਂ ਨੂੰ ਬੇਨਤੀ ਆ, ਜਿੰਨੇ ਵੀ ਸਾਊਂਡ ਵਾਲੇ ਭਰਾ ਖੜੇ ਸਾਰੇ ਬੇਨਤੀ ਆ, ਉੱਧਰ ਚਲੋ ਉਸ ਪਨਾਲ 'ਚ, ਪਲੀਜ਼ ਸਾਰਿਆਂ ਨੂੰ ਰਿਕੁਐਸਟ ਹੈ, ਕਿਉਂਕਿ ਤੁਹਾਡਾ ਆਪਣਾ ਮੇਲਾ ਇਹ। ਹਸ਼ਮ ਸੁਲਤਾਨਾ ਜੀ ਤੋਂ ਬਾਅਦ ਸਰਦਾਰ ਅਲੀ ਜੀ, ਪਲੀਜ਼ ਬੇਨਤੀ ਆ, ਮੈਂ ਫਿਰ ਤੁਹਾਨੂੰ ਦੁਬਾਰਾ, ਸਾਨੂੰ ਸਾਰੇ ਭਰਾਵਾਂ ਨੂੰ ਓਨਲੀ ਓਪਰੇਟਰ ਖੜੂਗਾ ਇੱਥੇ, ਪਲੀਜ਼ ਰਿਕੁਐਸਟ ਹੈ, ਜਾਓ ਵੀਰ ਬਣ ਕੇ ਉੱਧਰ ਬੈਠੋ ਸਾਰੇ। ਥੈਂਕ ਯੂ ਵੈਰੀ ਮੱਚ। ਠੀਕ ਹੈ ਜੀ, ਠੀਕ ਹੈ। ਜੀਤ ਖਾਨ ਮਾਲਵਾ ਚੰਗਾ, ਵੈਸੇ ਕਈ ਗੱਲਾਂ ਨੂੰ ਦੁਆਬੇ ਨਾਲੋਂ ਬਹੁਤ ਚੰਗਾ, ਕਿਉਂਕਿ ਮੈਂ ਮਾਲਵੇ ਨੂੰ ਕਦੇ ਮਾੜਾ ਨਹੀਂ ਕਹਿੰਦਾ, ਨਾ ਮੈਂ ਕਹਿ ਸਕਣਾ, ਕਿਉਂਕਿ ਜਿਹਨੇ ਘਰ ਸਾਡੇ ਰੋਟੀ ਪੱਕਦੀ ਕੀਤੀ ਹੈ, ਜਿਨ੍ਹਾਂ ਨੇ ਆਪਣੀ ਧੀ ਧਿਆਣੀ ਮੈਨੂੰ ਦਿੱਤੀ ਹੈ, ਮੈਂ ਉਸ ਏਰੀਏ ਨੂੰ ਮਾੜਾ ਨਹੀਂ ਕਹਿ ਸਕਦਾ। ਉਹ ਵੱਖਰੀ ਗੱਲ ਹੈ ਕਿ ਪੁੱਠੇ ਭਰਨੇ ਕਈ ਵਾਰੀ ਇੱਧਰ ਜ਼ਿਆਦਾ ਹੋ ਜਾਂਦੇ, ਸਾਡੇ ਵੱਲ ਘੱਟ ਹੈ, ਇੱਧਰ ਥੋੜ੍ਹਾ ਜਿਹਾ ਜ਼ਿਆਦਾ ਹੈ, ਪਰ ਫਿਰ ਵੀ ਮੁਬਾਰਕ ਇਸ। ਵੈਸੇ ਮੈਂ ਆਪਣੇ ਆਪ ਨੂੰ ਅੱਜ ਬੜਾ ਵਡਭਾਗਾ ਸਮਝਦਾ, ਬੜਾ ਮੈਨੂੰ ਖੁਸ਼ੀ ਹੈ ਕਿ ਪਹਿਲੀ ਵਾਰੀ ਅੱਜ, ਕਿਉਂਕਿ ਕੁਛ ਕੁ ਸੁਰੀਲੇ ਲੋਕ ਨੇ ਜਿਨ੍ਹਾਂ ਨੂੰ ਦਿਲੋਂ ਮੁਹੱਬਤ ਹੁੰਦੀ ਹੈ, ਜਿਨ੍ਹਾਂ ਨਾਲ ਦਿਲੋਂ ਪਿਆਰ ਹੁੰਦਾ, ਅਤੇ ਅੱਜ ਉਸ ਭਰਾ ਦੇ ਪਿੰਡ ਆਉਣ ਦਾ ਮੈਂ ਆਪਣੇ ਆਪ ਨੂੰ ਚੰਗੇ ਕਰਮ ਚੰਗੇ ਭਾਗ ਸਮਝਦਾ, ਕਿਉਂਕਿ ਲਿਖਣਾ ਲੁਖਣਾ ਤਾਂ ਸਾਡੇ ਵੱਸ ਦੀ ਗੱਲ ਨਹੀਂ, ਉਹ ਤਾਂ ਕਿਤੇ ਚਾਰ ਲਕੀਰਾਂ ਵੱਜ ਗਈਆਂ, ਤੁਸੀਂ ਪਸੰਦ ਕਰ ਲਿਆ, ਅਤੇ ਤੁਹਾਡਾ ਸ਼ੁਕਰਾਨਾ। ਸੋ ਬਹੁਤੀਆਂ ਗੱਲਾਂ ਨਾ ਕਰਾਂ, ਤੁਸੀਂ ਬੜੀ ਮੁਹੱਬਤ ਬੜਾ ਪਿਆਰ ਦਿੱਤਾ ਕਿ ਐਸਾ ਰੰਗ ਇਸ਼ਕੇ ਦਾ ਚੜਿਆ ਅਤੇ ਬਾਕੀ ਰੰਗ ਫਿੱਕੇ ਲੱਗਦੇ, ਅਤੇ ਹੋਰ ਜਿੰਨੇ ਕਿ ਗੀਤ ਸਾਡੇ ਰਿਲੀਜ਼ ਹੋਏ ਨੇ, ਤੁਸੀਂ ਬੜੀ ਮੁਹੱਬਤ ਬੜਾ ਪਿਆਰ ਬਖਸ਼ਿਆ। ਮੈਂ ਕਮਲ ਵੀਰੇ ਦਾ ਅਤੇ ਵਨੀਤ ਦਾ ਦਿਲੋਂ ਧੰਨਵਾਦੀਆਂ, ਜਿਨ੍ਹਾਂ ਨੇ ਅੱਜ ਦੇ ਇਸ ਮੌਕੇ 'ਤੇ ਸਾਨੂੰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਸਾਡੀ ਸੰਗੀਤਕ ਮੰਡਲੀ ਬਿਲਕੁਲ ਤਿਆਰ ਹੈ, ਸੋ ਸਾਰੀਆਂ ਮੈਂ ਨਾਜ਼ ਹਸਤੀਆਂ ਨੂੰ ਦਿਲੋਂ ਸਤਿਕਾਰ ਰਿਸਪੈਕਟ, ਅਤੇ ਉਡੀਕ ਇੰਤਜ਼ਾਰ ਨੂੰ ਖਤਮ ਕਰੀਏ ਸੰਗੀਤ ਦੀਆਂ ਖੂਬਸੂਰਤ ਧੁਨਾਂ ਦੇ ਨਾਲ, ਤੁਹਾਡੀ ਅੱਜ ਦੀ ਇਸ ਕਮਾਲ ਦੀ ਮਹਿਫਲ ਦੇ ਵਿੱਚ ਆ ਰਹੀਆਂ ਨੇ ਹਸ਼ਮਤ ਸੁਲਤਾਨਾ। Thank you.
ਉਹਨੇ ਵੀ ਆਪਣੀ ਹਾਜ਼ਰੀ ਦੇਣੀ ਹੈ। ਔਰ ਸਾਡੇ ਜਿਹੜੇ ਮਹਿਮਾਨ ਸਿੰਗਰ ਸਾਡੇ ਉਹਨਾਂ ਨੇ ਆਪਣੀ ਹਾਜ਼ਰੀ ਦੇਣੀ ਹੈ। ਪਹਿਲਾਂ ਸਭ ਤੋਂ ਪਹਿਲਾਂ ਕਿਉਂਕਿ ਜਦੋਂ ਵੀ ਕੋਈ ਆਰਟਿਸਟ ਆਪਣੇ ਪਿੰਡ 'ਚ ਆਉਂਦਾ ਤਾਂ ਉਹਦਾ ਹੌਸਲਾ ਵਧਾਈ ਤਾੜੀ ਦੇ ਨਾਲ ਹੋਣੀ ਚਾਹੀਦੀ ਹੈ। ਇਹ ਤੁਹਾਡੇ ਪਿੰਡ ਦੀ ਸ਼ਾਨ ਹੈ। ਜੇ ਤੁਹਾਨੂੰ ਪਿਆਰ ਹੈ ਨਾ ਇਸ ਦਰਬਾਰ ਦੇ ਨਾਲ ਜਾਂ ਨਗਰ ਦੇ ਨਾਲ ਆਪਣੇ ਦੇ ਨਾਲ ਆਪਣੀ ਇੱਜ਼ਤ ਦੇ ਨਾਲ, ਤਾਂ ਐਪਰੀਸ਼ੀਏਟ ਥੋੜ੍ਹਾ ਜਿਹਾ ਕਰਦਿਆ ਕਰੋ। ਉੱਪਰ ਹੱਥ ਖੜ੍ਹੇ ਕਰਕੇ ਹਸਮਤ ਸੁਲਤਾਨਾ ਜੀ ਟੀ ਵੀ ਸਾਰੇ ਗਾਵਾਂ ਪਾ ਦੇ ਵਿਨਰ ਕਮਲ ਖਾਨ ਰਹਿ ਚੁੱਕੇ ਨੇ ਅਤੇ ਉਹ ਉਸੀ ਚੈਨਲ ਦੇ ਵਿੱਚ ਜੀ ਟੀ ਵੀ ਸਾਰੇ ਗਾਵਾਂ ਪਾ ਦੇ ਵਿੱਚ ਇਹ ਲੜਕੀਆਂ ਨੇ ਪਾਰਟੀਸਪੇਟ ਕੀਤਾ ਸੀ। ਔਰ ਉਹ ਆਪਣੀ ਆਪਣੀ ਕਿਸਮਤ ਹੈ ਅਤੇ ਸਾਡੇ ਲਈ ਵੀ ਵਿਨਰ ਹੀ ਨੇ ਇਹ ਸਾਡੀਆਂ ਭੈਣਾਂ। ਬਹੁਤ ਹੀ ਰੱਬ ਇਹਨਾਂ ਨੂੰ ਹੋਰ ਕਲਾ ਦੇ ਵਿੱਚ ਇਹਨਾਂ ਦੇ ਨਿਖਾਰ ਲਿਆਵੇ, ਅੱਲਾ ਪਾਕ ਇਹਨਾਂ ਨੂੰ ਹੋਰ ਤਰੱਕੀਆਂ ਤਾਂ ਫਰਮਾਵੇ। ਜਿੰਨਾ ਵੀ ਸਾਡੇ ਵੱਲੋਂ ਪਿਆਰ ਸਤਿਕਾਰ ਅਸੀਂ ਦੇ ਸਕਦੇ ਹਾਂ, ਵੈਸੇ ਅਸੀਂ ਸਾਡੀ ਕੋਸ਼ਿਸ਼ ਹੀ ਹੋਊਗੀ। ਅਸੀਂ ਤੁਹਾਡੀ ਕਲਾ ਦਾ ਮੁੱਲ ਨਹੀਂ ਦੇ ਸਕਦੇ। ਸਾਡੇ ਛੋਟੇ ਜਿਹੇ ਨਿੱਘੇ ਜਿਹੇ ਸੱਦੇ 'ਤੇ ਤੁਸੀਂ ਆ ਗਏ ਔਰ ਮੈਂ ਪੂਰੀ ਟੀਮ ਦਾ ਤਹਿ ਦਿਲ ਸ਼ੁਕਰਗੁਜ਼ਾਰ ਹਾਂ, ਸਾਡੇ ਭਾਅ ਜੀ ਦਾ ਵੀ ਮੈਂ ਤਹਿ ਦਿਲ ਸ਼ੁਕਰਗੁਜ਼ਾਰ ਹਾਂ। ਅਤੇ ਤੁਸੀਂ ਸ਼ੁਰੂ ਕਰੋ ਜੀ।